ਫਿਰੋਜ਼ਪੁਰ ਵਿਕਾਸ ਵਿਹਾਰ ਦਾ ਵਸਨੀਕ ਹਾਂ ਜੀ। ਅਤੇ ਤੁਸੀਂ ਜਿਵੇਂ ਹੁਣ ਦੇਖੋਗੇ ਆਉਣ ਵਾਲੇ ਕਲਿਪਸ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਜੀ ਵਿਕਾਸ ਵਿਹਾਰ ਦੀ ਐਂਟਰੈਂਸ ਦਾ। ਵਿਕਾਸ ਵਿਹਾਰ 1998 ਦੇ ਵਿੱਚ ਬਣੀ ਅਤੇ ਇਹਦਾ ਨਾਮ ਰੱਖਿਆ ਗਿਆ ਵਿਕਾਸ ਵਿਹਾਰ। ਅਤੇ 1998 ਤੋਂ ਲੈ ਕੇ ਹੁਣ ਤੱਕ ਇਹ ਕਲੋਨੀ ਵਿਕਾਸ ਦੇ ਲਈ ਤਰਸ ਰਹੀ ਹੈ। ਤੁਸੀਂ ਦੇਖ ਹੀ ਰਹੇ ਹੋ ਕਿ ਕਲੋਨੀ ਦੀ ਐਂਟਰੈਂਸ 'ਤੇ ਇੰਨਾ ਬੁਰਾ ਹਾਲ ਹੈ ਕਿ ਸਵੇਰੇ ਅਤੇ ਸ਼ਾਮ ਨੂੰ ਆਉਣ ਜਾਣ ਵਾਲੇ ਜੋ ਕਿ ਮੈਕਸੀਮਮ ਰਸ਼ ਹੁੰਦਾ ਸਵੇਰੇ ਅਤੇ ਸ਼ਾਮ ਨੂੰ, ਸਕੂਲ ਦੀਆਂ ਵੈਨਸ ਜਾਂਦੀਆਂ, ਇਹ ਪਾਣੀ ਦੇ ਵਿੱਚ ਜਗ੍ਹਾ ਜਗ੍ਹਾ ਖੱਡੇ, ਸੀਵਰੇਜ ਦੇ ਹੋਲ ਦੇ ਖੱਡੇ, ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ, ਕੋਈ ਸਕੂਲ ਦੀ ਵੈਨ ਪਲਟ ਸਕਦੀ ਹੈ, ਕੋਈ ਬੱਚਾ ਜ਼ਖਮੀ ਹੋ ਸਕਦਾ ਹੈ, ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਸ਼ਾਇਦ ਜਾਗ ਜਾਵੇ ਆਪਣੀ ਕੁੰਕੜੀ ਨੀਂਦ ਤੋਂ। ਅਤੇ ਪਰ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਇਸ ਤੋਂ ਪਹਿਲੇ ਵੀ ਬਹੁਤ ਵਾਰ ਇਹ ਪੋਸਟ ਪੈ ਚੁੱਕੀ ਹੈ ਅਤੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਹਾਲਾਂਕਿ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾਂਦੇ ਹਨ ਪਰ ਇਹ ਨਹੀਂ ਕਿ ਕਿਸੇ ਦਾ ਪੱਕਾ ਛੁਟਕਾਰਾ ਕੀਤਾ ਜਾਵੇ। ਅੱਜ ਤੋਂ 2 ਮਹੀਨੇ ਪਹਿਲੇ ਇੱਥੇ ਨਵੀਂ ਸੀਵਰੇਜ ਦੀ ਪਾਈਪ ਪੈ ਕੇ ਇਹ ਰੋਡ ਬਣੀ ਸੀ ਅਤੇ ਅੱਜ 2 ਮਹੀਨੇ ਬਾਅਦ ਹੀ ਇਹ ਫਿਰ ਖਰਾਬ ਹੋ ਗਈ। ਕੀ ਇਹਦੇ ਵਿੱਚ ਠੇਕੇਦਾਰੀ ਦਾ ਜਾਂ ਪ੍ਰਸ਼ਾਸਨ ਦੀ ਮੇਰੀ ਪ੍ਰਗਤ ਹੈ? ਇਹ ਹੁਣ ਤੁਸੀਂ ਆਪ ਦੇਖੋ ਕਿ 2 ਮਹੀਨੇ ਪਹਿਲੇ ਜਿਹੜਾ ਸੀਵਰੇਜ ਦੀ ਪਾਈਪ ਅੱਗੇ ਠੀਕ ਕੀਤਾ ਗਿਆ ਹੋਇਆ ਉੱਥੇ ਅੱਜ ਫਿਰ ਉਹ ਹਾਲ ਹੋਏ। ਇਹ ਸਰ ਫਿਰੋਜ਼ਪੁਰ ਕਿਹੜੇ ਮੁਹੱਲੇ ਦੀ, ਕਿਹੜੇ ਏਰੀਏ ਦੀ ਕਰਦੇ ਸਰ? ਇਹ ਫਿਰੋਜ਼ਪੁਰ ਵਿਕਾਸ ਵਿਹਾਰ ਰੇਲਵੇ ਅੰਡਰ ਬ੍ਰਿਜ ਦੇ ਬਿਲਕੁਲ ਕੋਲ ਸਭ ਤੋਂ ਵੱਡੀ ਕਲੋਨੀ ਹੈ ਫਿਰੋਜ਼ਪੁਰ ਦੀ। 1998 ਵਿੱਚ ਇਹ ਕਲੋਨੀ ਬਣੀ ਅਤੇ ਅੱਜ ਤੱਕ ਇਸ ਕਲੋਨੀ ਦੀ ਐਂਟਰੈਂਸ ਹੀ ਠੀਕ ਨਹੀਂ ਹੋ ਪਾਈ। ਤੁਸੀਂ ਦੇਖ ਹੀ ਰਹੇ ਹੋ ਕਿ ਮੱਛਰਾਂ ਨੇ ਵੀ ਕਿੰਨਾ ਬੁਰਾ ਹਾਲ ਕਰਤਾ ਹੈ। ਜਿੱਥੇ ਪ੍ਰਸ਼ਾਸਨ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਰਿਹਾ ਹੈ ਅਤੇ ਇੱਧਰ ਉਲਟਾ ਮੱਛਰ ਵੀ ਪੈਦਾ ਹੋ ਰਹੇ ਹਨ ਅਤੇ ਇੰਨੀ ਗੰਦਗੀ ਅਤੇ ਇੰਨੀ ਸਮੈਲ ਹੈ ਜਿੰਨਾ ਵੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨੀ ਸਮੈਲ ਹੈ ਇਸ ਕਲੋਨੀ ਦੇ ਵਿੱਚ। ਅਤੇ ਅਸੀਂ ਰੋਜ਼ ਸਵੇਰੇ 7 ਵਜੇ ਜਾਂਦੇ ਹਾਂ ਅਤੇ ਸ਼ਾਮੀ ਜਾਂਦੇ ਹਾਂ ਅਤੇ ਇਹ ਪਾਣੀ ਅਗਰ 1 ਦਿਨ ਬਾਰਿਸ਼ ਪੈ ਜਾਵੇ ਤਾਂ ਇਹ ਪਾਣੀ 1-1 ਮਹੀਨਾ ਨਹੀਂ ਨਿਕਲਦਾ ਇੱਥੋਂ ਦੀ। ਤੁਸੀਂ ਹਿਸਾਬ ਲਓ 1 ਦਿਨ ਬਾਰਿਸ਼ ਅਤੇ 1 ਮਹੀਨਾ ਪਰੇਸ਼ਾਨੀ। ਅਤੇ ਮੇਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇੱਥੇ ਦੇਖਿਆ ਜਾਵੇ ਅਤੇ ਜੋ ਕਲੋਨੀ ਦੇ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ, ਕੋਈ ਵੈਨ ਨਾ ਪਲਟੇ, ਹਰ ਬੰਦਾ ਸੁਖੀ ਦੇ ਸੰਬੰਧ ਦੇ। ਜੈ ਹਿੰਦ ਜੈ ਭਾਰਤ, ਇਹੀ ਮੇਰੀ ਦਰਖਾਸਤ ਹੈ ਜਲਦੀ ਜਲਦੀ ਇਹਦੇ 'ਤੇ ਕਾਰਵਾਈ ਕੀਤੀ ਜਾਵੇ। ਧੰਨਵਾਦ।